जान खेला दी है सर। आज रात में कोई 3 सवा 3 दिन एयर अबाउट हुई है चोरी के अंदर, एक गला तोड़ के लेके गया जी। जान खेला श्री गुरु रविदास महाराज देना है और तो लेके ਕਿੰਨੇ ਕੁ ਵਜੇ ਦੀ ਹੈ 3 ਸਵਾ 3 ਏਅਰ ਅਬਾਊਟ ਇਹ ਪਿੰਡ ਜਹਾਨ ਖੇਲਾ ਦੀ? ਪਿੰਡ ਜਾਣ ਕਿੰਨਾ ਕੁ ਖੇਲਾ, ਨੁਕਸਾਨ ਹੋਇਆ ਜੀ? ਨੁਕਸਾਨ ਗੋਲਬ ਚੋਂ ਹੈ, ਉਹ ਕਹਿ ਰਹੇ 4-5 ਹਜ਼ਾਰ ਜੋ ਵੀ ਹੈਗਾ ਲੈ ਕੇ ਹੋਣੇ। ਕਿੰਨੇ ਚੋਰ ਸੀਗੇ ਤੁਹਾਡੇ? ਇਹ 'ਚ ਤਾਂ ਸਾਡੇ ਕੋਲ ਇੱਕ ਹੀ ਦਿਖ ਰਿਹਾ ਸਰ, ਬਾਕੀ ਜਿਹੜੇ ਬਾਕੀ ਸਰਪੰਚਾਂ ਤੇ ਸਾਨੂੰ ਫੋਨ ਆਇਆ ਕਿ ਪਟੈੜੀਆਂ ਹੋਈ ਹੈ ਚੋਰੀ, ਖੜਕਾਂ ਹੋਈ ਹੈ, ਮਹਿਲਾ ਵਾਲੀ ਹੈ, ਤੇ ਸਾਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਹੀ ਟਾਰਗੇਟ ਕੀਤੇ ਗਏ ਹੈ। ਮਤਲਬ ਕਿ ਇੱਕੋ ਰਾਤ ਵਿੱਚ 5-6 ਗੁਰਦੁਆਰਿਆਂ ਨੂੰ ਹਾਂ ਨਿਸ਼ਾਨਾ ਬਣਾਇਆ ਗਿਆ? ਨਿਸ਼ਾਨਾ ਬਣਾਇਆ ਗਿਆ, ਹਾਂਜੀ। ਪੁਲਿਸ ਨੂੰ ਇਤਲਾਹ ਦਿੱਤੀ ਗਈ? ਹਾਂਜੀ, ਪੁਲਿਸ ਨੂੰ ਮੈਸੇਜ ਦਿੱਤਾ ਜੀ ਆਪਾਂ। ਆਈ ਪੁਲਿਸ ਮੌਕੇ ਤੇ ਕਿ ਨਹੀਂ? ਨਹੀਂ, ਹੱਲੇ ਕੋਈ ਨਹੀਂ ਆਇਆ ਜੀ। ਤੇ ਕੀ ਲੱਗਦਾ ਕਿ ਇੱਕ ਗਰੋਹ ਵੱਲੋਂ ਇਹ ਕੀਤਾ ਗਿਆ ਹੈ ਨਹੀਂ? ਕਿ ਗਰੋਹ ਇੱਕੋ ਰਾਤ ਕੁਝ ਵਿੱਚ? ਕੈਮਰੇ 'ਚ 2 ਬੰਦੇ ਇੱਕ ਸਾਈਡ ਹੀ ਆ ਤੇ ਕੁਝ ਅਲੱਗ-ਅਲੱਗ ਵੀ ਹੈਗੇ ਆ ਜੀ। ਲੱਗਿਆ ਕਿ ਬਾਕੀ ਗੁਰੂ ਘਰਾਂ 'ਚ ਕਿੰਨਾ ਕੁ ਨੁਕਸਾਨ ਹੋਇਆ? ਮੈਂ ਗੱਲ ਕੀਤੀ ਸੀ ਕਿਤੇ ਕਹਿੰਦੇ 3-4 ਹਜ਼ਾਰ ਦਾ, ਕਿਤੇ 5 ਹਜ਼ਾਰ ਦਾ, 7 ਹਜ਼ਾਰ ਦਾ। ਇੱਕ ਬਸੀ ਮੁਸਤਫਾ ਵੀ ਹੋਈ ਹੈ, ਉਹਨਾਂ ਦੇ ਮੋਟਰ ਦੀ ਤਾਰ ਹੀ ਵੱਢ ਕੇ ਲੈ ਗਏ। ਕੀ ਲੱਗਦਾ ਕਿ ਕਾਰਨ ਕੀ ਹੈ ਚੋਰੀਆਂ ਦਾ? ਕਿ ਸ਼ਹਿਰ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ 3 ਪ੍ਰਕਾਰ ਲੁੱਟਾਂ ਖੋਹਾਂ ਚੋਰੀ ਵਿਚਕਾਰ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੀ ਹੁੰਦਾ ਜਾ ਰਿਹਾ? ਭਾਜੀ ਜੋ ਰਿਐਲਿਟੀ ਹੈ ਨਾ, ਸੱਚ ਹੈ ਇਹ, ਉਹ ਇਹ ਹੈ ਕਿ ਚਿੱਟਾ ਚਿੱਟਾ ਪਹਿਲਾਂ ਸੀਗਾ 10%, ਹੁਣ 100% ਹੈ। ਪਹਿਲਾਂ ਇੱਕ ਜਾਂਦਾ ਸੀ, ਦੂਜਾ ਆ ਜਾਂਦਾ ਸੀ ਬਾਹਰ, ਅੱਜ ਦੇ ਟਾਈਮ 'ਚ ਬੱਚਾ ਬੱਚਾ ਵੇਚਦਾ ਵਾ। ਜਾਨ ਖੇਲਾ ਤਾਂ ਹੋਰ ਸਪੋਰਟ 'ਚ ਹੈ, ਨਸ਼ੇ ਦੇ ਮਾਮਲੇ 'ਚ। ਇਹ ਮੈਂ ਕਲੀਅਰ ਕੱਟ ਕਰਨਾ ਚਾਹੁੰਦਾ ਤੁਹਾਨੂੰ ਕਿ ਇਹ ਕਲੀਅਰ ਹੈ, ਕਿ ਮੈਨੂੰ ਨਹੀਂ, ਮੇਰੇ ਪਿੰਡ ਵਾਲਿਆਂ ਨੂੰ ਪੁੱਛ ਲਓ। ਇੱਕ ਮੈਂ ਲੋਕਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦਾ, ਠੀਕ ਹੈ ਤੁਸੀਂ ਸਿਆਸਤ 'ਚ ਹੈਗੇ, ਚੰਗੀ ਗੱਲ ਹੈ, ਪਰ ਚੋਰਾਂ ਦੀ ਸਪੋਰਟ ਨਾ ਕਰੋ। ਆਪਾਂ ਚੋਰ ਫੜਾਨੇ ਆ, ਪਿੱਛੇ ਜੇ ਫੜਾਇਆ ਸੀਗਾ, ਉਹਨਾਂ ਚੋਰ ਛੁਡਾ ਲਿਆਂਦਾ। ਹੁਣ ਉਹ ਮੰਤਰੀ ਸਾਹਿਬ ਦਾ ਫੋਨ ਗਿਆ ਜਾਂ ਨਹੀਂ ਗਿਆ ਉਹ ਸਾਨੂੰ ਨਹੀਂ ਪਤਾ, ਪਰ ਇਹ ਕਲੀਅਰ ਕੱਟ ਹੈ। ਇਸ ਸਾਹਿਬ ਨੇ ਦੱਸਤਾ ਕਿ ਭਾਜੀ ਤੁਸੀਂ ਮੌਕੇ ਤੇ ਮੈਂ ਚੋਰੀ ਵੀ ਫੜਾਈ, ਉਹਦੇ ਸਮਾਨ ਵੀ ਫੜਾ ਲਿਆ, ਪਰ ਉਸ ਤੋਂ ਬਾਅਦ ਉਹ ਕਹਿੰਦੇ ਉਹ ਬੰਦਾ ਛੱਡਣੇ ਪਿਆ, ਜਿਹਦੇ ਕਰਕੇ ਤੁਹਾਡਾ ਬੰਦਾ ਵੀ ਛੱਡਣਾ ਪਿਆ। ਕੀ ਕਹਿਣਾ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਕਿ ਨਫਰੀ ਆਪਣੀ ਵਧਾਉਣੀ ਚਾਹੀਦੀ ਹੈ? ਨਹੀਂ, ਪੁਲਿਸ ਨੂੰ ਤਾਂ ਵਧਾਉਣੀ ਚਾਹੀਦੀ, ਪਰ ਦੇਖੋ ਜਿਹੜਾ ਚਿੱਟਾ ਹੈ ਉਹਨੂੰ ਕਵਰ ਕਰੂੰਗੇ ਤਾਂ ਚੋਰੀ ਆਪ ਹੀ ਕਵਰ ਹੋਣੀ ਹੈ। ਇਹ ਜਾਨ ਖੇਲਾ ਦੀ ਹੈ ਸਰ। ਅੱਜ ਰਾਤ ਨੂੰ ਕੋਈ 3-3.25 ਦਿਨ ਏਅਰ ਅਬਾਊਟ ਹੋਈ ਹੈ ਚੋਰੀ ਕਹਿੰਦੇ, ਇਹ ਗੱਲਾ ਤੋੜ ਕੇ ਲੈ ਕੇ ਗਿਆ ਜੀ। ਜਾਨ ਖੇਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇਣਾ ਹੈ ਉੱਥੋਂ ਲੈ ਕੇ। ਠੀਕ ਹੈ, ਕਿੰਨੇ ਕੁ ਵਜੇ ਦੀ ਹੈ? 3 ਸਵਾ 3 ਏਅਰ ਅਬਾਊਟ ਇਹ ਪਿੰਡ ਜਹਾਨ ਖੇਲਾ ਦੀ? ਪਿੰਡ ਜਹਾਨ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਗੋਲਬ 'ਚੋਂ ਹੈ, ਉਹ ਕਹਿ ਰਹੇ 4-5 ਹਜ਼ਾਰ ਜੋ ਵੀ ਹੈਗਾ ਲੈ ਕੇ ਹੋਣੇ। ਕਿੰਨੇ ਚੋਰ ਸੀਗੇ ਤੁਹਾਡੇ? ਇਹ 'ਚ ਤਾਂ ਸਾਡੇ ਕੋਲ ਇੱਕ ਹੀ ਦਿਖ ਰਿਹਾ ਸਰ, ਬਾਕੀ ਜਿਹੜੇ ਬਾਕੀ ਸਰਪੰਚਾਂ ਤੇ ਸਾਨੂੰ ਫੋਨ ਆਏ ਹੈ ਕਿ ਪਟੈੜੀਆਂ ਹੋਈ ਹੈ ਚੋਰੀ, ਖੜਕਾਂ ਹੋਈ ਹੈ, ਮਹਿਲਾ ਵਾਲੀ ਹੈ, ਤੇ ਸਾਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਹੀ ਟਾਰਗੇਟ ਕੀਤੇ ਗਏ ਹੈ। ਮਤਲਬ ਕਿ ਇੱਕੋ ਰਾਤ ਵਿੱਚ 5-6 ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ? ਹਾਂਜੀ, ਪੁਲਿਸ ਨੂੰ ਇਤਲਾਹ ਦਿੱਤੀ ਗਈ? ਹਾਂਜੀ, ਪੁਲਿਸ ਨੂੰ ਮੈਸੇਜ ਦਿੱਤਾ ਜੀ ਆਪਾਂ। ਆਈ ਪੁਲਿਸ ਮੌਕੇ ਤੇ ਕਿ ਨਹੀਂ? ਨਹੀਂ, ਹੱਲੇ ਕੋਈ ਨਹੀਂ ਆਇਆ ਜੀ। ਤੇ ਕੀ ਲੱਗਦਾ ਕਿ ਇੱਕ ਗਰੋਹ ਵੱਲੋਂ ਇਹ ਕੀਤਾ ਗਿਆ ਹੈ? ਨਹੀਂ, ਗਰੋਹ ਕੁਝ ਕੈਮਰੇ 'ਚ 2 ਬੰਦੇ ਇੱਕ ਸਾਈਡ ਹੀ ਆ ਤੇ ਕੁਝ ਅਲੱਗ-ਅਲੱਗ ਵੀ ਹੈਗੇ ਆ ਜੀ। ਲੱਗਿਆ ਕਿ ਬਾਕੀ ਗੁਰੂ ਘਰਾਂ 'ਚ ਕਿੰਨਾ ਕੁ ਨੁਕਸਾਨ ਹੋਇਆ? ਮੈਂ ਗੱਲ ਕੀਤੀ ਸੀ ਕਿਤੇ ਕਹਿੰਦੇ 3-4 ਹਜ਼ਾਰ ਦਾ, ਕਿਤੇ 5 ਹਜ਼ਾਰ ਦਾ, 7 ਹਜ਼ਾਰ ਦਾ। ਇੱਕ ਬਸੀ ਮੁਸਤਫਾ ਵੀ ਹੋਈ ਹੈ, ਉਹਨਾਂ ਦੇ ਮੋਟਰ ਦੀ ਤਾਰ ਹੀ ਵੱਢ ਕੇ ਲੈ ਗਏ। ਕੀ ਲੱਗਦਾ ਕਿ ਕਾਰਨ ਕੀ ਹੈ ਚੋਰੀਆਂ ਦਾ? ਕਿ ਸ਼ਹਿਰ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ 3 ਪ੍ਰਕਾਰ ਲੁੱਟਾਂ ਖੋਹਾਂ ਚੋਰੀ ਵਿਚਕਾਰ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੀ ਹੁੰਦਾ ਜਾ ਰਿਹਾ? ਭਾਜੀ ਜੋ ਰਿਐਲਿਟੀ ਹੈ ਨਾ, ਸੱਚ ਹੈ ਇਹ, ਉਹ ਇਹ ਹੈ ਕਿ ਚਿੱਟਾ ਚਿੱਟਾ ਪਹਿਲਾਂ ਸੀਗਾ 10%, ਹੁਣ 100% ਹੈ। ਪਹਿਲਾਂ ਇੱਕ ਜਾਂਦਾ ਸੀ, ਦੂਜਾ ਆ ਜਾਂਦਾ ਸੀ ਬਾਹਰ, ਅੱਜ ਦੇ ਟਾਈਮ 'ਚ ਬੱਚਾ ਬੱਚਾ ਵੇਚਦਾ ਵਾ। ਜਾਨ ਖੇਲਾ ਤਾਂ ਹੋਰ ਸਪੋਰਟ 'ਚ ਹੈ, ਨਸ਼ੇ ਦੇ ਮਾਮਲੇ 'ਚ। ਇਹ ਮੈਂ ਕਲੀਅਰ ਕੱਟ ਕਰਨਾ ਚਾਹੁੰਦਾ ਤੁਹਾਨੂੰ ਕਿ ਇਹ ਕਲੀਅਰ ਹੈ, ਕਿ ਮੈਨੂੰ ਨਹੀਂ, ਮੇਰੇ ਪਿੰਡ ਵਾਲਿਆਂ ਨੂੰ ਪੁੱਛ ਲਓ। ਇੱਕ ਮੈਂ ਲੋਕਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦਾ, ਠੀਕ ਹੈ ਤੁਸੀਂ ਸਿਆਸਤ 'ਚ ਹੈਗੇ, ਚੰਗੀ ਗੱਲ ਹੈ, ਪਰ ਚੋਰਾਂ ਦੀ ਸਪੋਰਟ ਨਾ ਕਰੋ। ਆਪਾਂ ਚੋਰ ਫੜਾਨੇ ਆ, ਪਿੱਛੇ ਜੇ ਫੜਾਇਆ ਸੀਗਾ, ਉਹਨਾਂ ਚੋਰ ਛੁਡਾ ਲਿਆਂਦਾ। ਹੁਣ ਉਹ ਮੰਤਰੀ ਸਾਹਿਬ ਦਾ ਫੋਨ ਗਿਆ ਜਾਂ ਨਹੀਂ ਗਿਆ ਉਹ ਸਾਨੂੰ ਨਹੀਂ ਪਤਾ, ਪਰ ਇਹ ਕਲੀਅਰ ਕੱਟ ਹੈ। ਇਸ ਸਾਹਿਬ ਨੇ ਦੱਸਤਾ ਕਿ ਭਾਜੀ ਤੁਸੀਂ ਮੌਕੇ ਤੇ ਮੈਂ ਚੋਰੀ ਵੀ ਫੜਾਈ, ਉਹਦੇ ਸਮਾਨ ਵੀ ਫੜਾ ਲਿਆ, ਪਰ ਉਸ ਤੋਂ ਬਾਅਦ ਉਹ ਕਹਿੰਦੇ ਉਹ ਬੰਦਾ ਛੱਡਣੇ ਪਿਆ, ਜਿਹਦੇ ਕਰਕੇ ਤੁਹਾਡਾ ਬੰਦਾ ਵੀ ਛੱਡਣਾ ਪਿਆ। ਕੀ ਕਹਿਣਾ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਕਿ ਨਫਰੀ ਆਪਣੀ ਵਧਾਉਣੀ ਚਾਹੀਦੀ ਹੈ? ਨਹੀਂ, ਪੁਲਿਸ ਨੂੰ ਤਾਂ ਵਧਾਉਣੀ ਚਾਹੀਦੀ, ਪਰ ਦੇਖੋ ਜਿਹੜਾ ਚਿੱਟਾ ਹੈ ਉਹਨੂੰ ਕਵਰ ਕਰੂੰਗੇ ਤਾਂ ਚੋਰੀ ਆਪ ਹੀ ਕਵਰ ਹੋਣੀ।